ਨਹੀਂ ਜੇਲ੍ਹ ਚ ਫੀਮ ਨਹੀਂ ਮਿਲਦੀ ਫਿਰ ਕੋਈ ਨਸ਼ਾ ਨਹੀਂ ਮਿਲਦਾ ਜੇਲ੍ਹ ਚ ਮੈਂ ਜੇਲ੍ਹ ਚ ਹੀ ਕੱਟ ਕੇ ਵੀ ਚਿੱਟੇ ਵਾਲੇ ਨੂੰ ਫੀਮ ਨਾਲ ਕਿਵੇਂ ਮੈਂ 15 ਬੰਦਿਆਂ ਨੇ ਚਿੱਟਾ ਛੜਾਇਆ ਕਿਵੇਂ ਛੜਾਇਆ ਫੀਮ ਦੇ ਨਾਲ ਨਹੀਂ ਜੇਲ੍ਹ ਚ ਫੀਮ ਨਹੀਂ ਮਿਲਦੀ ਫਿਰ ਕੋਈ ਨਸ਼ਾ ਨਹੀਂ ਮਿਲਦਾ ਜੇਲ੍ਹ ਚ ਮੈਂ ਜੇਲ੍ਹ ਚ ਹੀ ਕੱਟ ਕੇ ਪਰ ਵੀਰ ਜੀ ਮੇਰੀ ਖੁਦ ਘਰ ਵਾਲੀ ਮੇਰੀ ਮਾਤਾ ਰਾਤ ਨੂੰ 12 ਵਜੇ ਜੀ ਮੈਂ ਮਰ ਰਹੀ ਹਾਂ ਜੇ ਪੁੱਤ ਫੀਮ ਹੈਗੀ ਥੋੜੀ ਜੀ ਦੇ ਦੇ ਦੇਖ ਲਓ ਫਿਰ ਮੇਰੀ ਘਰ ਵਾਲੀ ਮੈਂ ਲੈਬ ਕਰਾ ਦੂੰ ਬਗ ਚੱਲੂ ਸਵੇਰੇ ਜੀ ਮੈਂ ਫੀਮ ਦਿੱਤੀ ਉਹ ਠੀਕ ਹੋ ਗਈ ਮੇਰੀ ਮਾਂ ਨੂੰ 1 ਮਹੀਨੇ ਬਾਅਦ ਦਿੱਤੀ ਉਹ ਠੀਕ ਹੋ ਗਈ 12 ਵਜੇ ਮਰ ਰਹੀ ਸੀ ਬਾਹਰ ਉੱਠ ਕੇ ਭੱਜ ਲਈ ਤੇ ਉਹ ਜੀ ਇੱਕ ਹੋਰ ਸੁਣੋ ਬਾਈ ਜੀ ਅਟੈਕ ਆ ਗਿਆ ਹਾਰਟ ਅਟੈਕ ਸੀ ਜੀ ਨਾਲ ਦੀ ਨਾਲ ਉਹਨੂੰ ਫੀਮ ਘੋਲ ਕੇ ਅੰਦਰ ਪਾ ਦਿਓ ਜੀ ਹਾਰਟ ਅਟੈਕ ਰੁਕ ਜੂਗਾ ਤੁਹਾਨੂੰ 6-7 ਘੰਟੇ ਦਾ ਟਾਈਮ ਮਿਲ ਜੂਗਾ ਜਦ ਨੂੰ ਬੰਦਾ ਹਸਪਤਾਲ ਉਹ ਤਾਂ ਦਵਾਈਆਂ 'ਚ ਵੀ ਦੇਖੋ ਵਰਤੀ ਜਾਂਦੀ ਹੈ ਮੈਂ ਉਹੀ ਗੱਲ ਇਹ ਮੈਂ ਉਹੀ ਚੀਜ਼ ਕਹਿਣਾ ਦੇਖੋ ਕੋਈ ਬੰਦਾ ਬਿਲਡਿੰਗ ਤੇ ਚੜ ਗਿਆ ਜੀ ਪੌੜੀ ਤੇ ਚੜਦਾ ਚੜਦਾ ਚਿੱਟਾ ਪੀਣ ਲੱਗ ਗਿਆ ਉੱਤੇ ਚੜ ਗਿਆ ਜੀ ਉਹ ਹੁਣ 4th ਮੰਜ਼ਲ ਤੇ ਖੜਾ ਉਹਨੂੰ ਆਪਾਂ ਕਹੀਏ ਵੀ ਚਿੱਟਾ ਛੱਡ ਦੇ ਛਾਲ ਮਾਰ ਉਹ ਕਹਿੰਦਾ ਮੈਂ ਮਰ ਜੂੰਗਾ ਪਰ ਜੇ ਉਹਨੂੰ ਆਪਾਂ ਫੜ ਕੇ ਪੌੜੀ ਪੌੜੀ ਥੱਲੇ ਲਿਆਈਏ ਉੱਤਰ ਜੂਗਾ ਨਾ ਜੀ ਇਸੇ ਤਰ੍ਹਾਂ ਚਿੱਟੇ ਵਾਲੇ ਨੂੰ ਪਹਿਲਾਂ ਫੀਮ ਤੇ ਲਿਆਓ ਜੀ ਫਿਰ ਪੋਸਟ ਤੇ ਲਿਆਓ ਛਡਾ ਦਿਓ ਬਾਬਾ ਖੇੜੀ ਵਾਲੇ ਇੱਕ ਡੀ ਐਡਿਕਸ਼ਨ ਸੈਂਟਰ ਹੀ ਕਿਉਂ ਨਹੀਂ ਖੋਲਣ ਦੇ ਪਹਿਲੇ ਵੀ ਤੁਹਾਡੇ ਵੱਲੋਂ ਆਸ਼ਰਮ ਚਲਾਇਆ ਜਾ ਰਿਹਾ ਬੜੀ ਚਰਚਾ ਨੇ ਉਹਦੀਆਂ ਪੰਜਾਬ 'ਚ ਇੱਕ ਡੀ ਐਡਿਕਸ਼ਨ ਸੈਂਟਰ ਵੀ ਜੇ ਤੁਹਾਨੂੰ ਨਹੀਂ ਸਮਝ ਆ ਵੀ ਚਿੱਟੇ ਵਾਲੇ ਨੂੰ ਫੀਮ ਨਾਲ ਕਿਵੇਂ ਮੈਂ 15 ਬੰਦਿਆਂ ਨੇ ਚਿੱਟਾ ਛਡਾਇਆ ਕਿਵੇਂ ਛਡਾਇਆ ਫੀਮ ਦੇ ਨਾਲ ਮੈਂ ਤੁਹਾਨੂੰ ਬੰਦੇ ਮਿਲਾ ਸਕਦਾ ਜੀ ਆ ਐਡੇ ਐਡੇ ਡੌਲੇ ਨੇ ਉਹਨਾਂ ਦੇ ਹੁਣ ਫੀਮ ਵੀਰ ਜੀ ਐਨਡੀਪੀਸੀ ਐਕਟ 'ਚ ਧੱਕੇ ਨਾਲ ਪਾਈ ਗਈ ਹੈ ਤਾਂ ਕਿ ਪੰਜਾਬ 'ਚ ਚਿੱਟਾ ਚੱਲੇ ਜੀ ਕੌਣ ਚਲਾਉਣਾ ਚਾਹੁੰਦਾ ਹੈ ਕੌਣ ਮਾਫੀਆ ਜੀ ਜਿਹੜਾ ਸਰਕਾਰਾਂ ਨੂੰ ਫੰਡਿੰਗ ਕਰਦੇ ਨੇ ਮਾਫੀਆ ਡਰੱਗ ਮਾਫੀਆ ਜੀ ਕਿਉਂ ਹੁਣ ਤੁਸੀਂ ਮੈਨੂੰ ਦੱਸੋ ਹੁਣ ਪੰਜਾਬ 'ਚ ਫੀਮ ਨਹੀਂ ਮਿਲਦੀ ਸਭ ਨੂੰ ਪੰਜਾਬ 'ਚ ਭੁੱਕੀ ਨਹੀਂ ਮਿਲਦੀ ਮਿਲਦਾ ਕੈਮੀਕਲ ਹੀ ਮਿਲਦੀ ਆ ਜੇ ਇੰਡੀ ਕੇ ਸਰਕਾਰ ਇੰਨਾ ਕੀ ਹੱਲ ਕਰਦੇ ਵੀ ਭਾਈ ਜਿਹੜੇ ਖਾਂਦੇ ਨੇ ਬਿੱਗਾ ਬਿੱਗਾ ਲਾ ਲਓ ਪਰ ਬਿੱਗੇ ਤੋਂ ਵੱਧ ਨਹੀਂ ਨਾ ਸਾਰਾ ਪੰਜਾਬ ਖੁਸ਼ ਨਾਲੇ ਲੱਗਦਾ ਕਿ ਪੰਜਾਬ 'ਚ ਜੇ ਫੀਮ ਦੀ ਖੇਤੀ ਲੱਗ ਜਾਂਦੀ ਹੈ ਤਾਂ ਨਸ਼ਾ ਘਟ ਜੂ ਚਿੱਟਾ ਘਟ ਜੂ 100% ਘਟੂ 100% ਘਟੂ ਖਸਖਸ ਦੀ ਖੇਤੀ ਜੀ ਫੀਮ ਪੋਸਟ ਦੇ ਠੇਕੇ ਜਦੋਂ ਲੈਂਟਰ ਗਿਰਦਾ ਹੋਵੇ ਨਾ ਥੱਲੇ ਛੱਤ ਗਿਰਦੀ ਹੋਵੇ ਜੀ ਉਦੋਂ ਕੰਧ ਨਹੀਂ ਨਿਕਲਦੀ ਉਦੋਂ ਥੰਮੀ ਲੱਗ ਜਾਂਦੀਆਂ ਏ ਜੀ ਇਹ ਖਸਖਸ ਦੀ ਖੇਤੀ ਥੰਮੀ ਦਾ ਕੰਮ ਕਰੂ ਡਿੱਗਦੇ ਪੰਜਾਬ ਲਈ ਜੀ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਜਿਹੜਾ ਬੰਦਾ ਨਸ਼ਾ ਨਹੀਂ ਕਰਦਾ ਉਹ ਫੀਮ ਖਾਣ ਲੱਗ ਜਾਓ ਨਾ ਜਿਹੜਾ ਬੰਦਾ ਚਿੱਟਾ ਪੀਂਦਾ ਜਿਹੜਾ ਬੰਦਾ ਸਮੈਕ ਪੀਂਦਾ ਗੋਲੀਆਂ ਖਾਂਦਾ ਉਹਦੇ ਨਾਲੋਂ ਮੈਂ ਕਹਿੰਦਾ ਵੀ ਉਹਦੇ ਨਾਲੋਂ ਤੁਸੀਂ ਫੀਮ ਖਾ ਬਿਲਕੁਲ ਬਾਕੀ ਜਿਹੜੀਆਂ 40 ਹਾਂ ਹਾਂ ਬਾਕੀ ਦੂਸਰੀ ਗੱਲ ਜਿਹੜੀ ਇਹ ਹੈ ਜੀ ਵਾਹਿਗੁਰੂ ਕਿਰਪਾ ਕਰੇ ਅਸੀਂ ਇਹਦੇ ਤੇ ਜ਼ੋਰ ਮਾਰ ਰਹੇ ਹਾਂ ਪੰਚਾਇਤਾਂ ਨੇ ਜਿਹੜੀਆਂ ਉਹ ਮਤੇ ਪਾ ਕੇ ਦੇ ਰਹੀਆਂ ਨੇ ਆਪਾਂ ਨੂੰ ਜੀ ਵੀ ਸਾਰੀਆਂ ਪੰਚਾਇਤਾਂ ਨੇ ਮਤੇ ਪਾ ਕੇ ਗਾਹਾਂ ਮੰਗ ਚੱਕਾਂਗੇ ਜੀ ਲਿਜਾਵਾਂਗੇ ਸਾਰਿਆਂ ਨੂੰ ਤੇ ਲਿਜਾ ਕੇ ਇਹਦੀ ਖਸਖਸ ਦੀ ਖੇਤੀ ਹੁਣ ਤਾਂ ਭਗਵੰਤ ਮਾਨ ਦਾ ਵੀ ਬਿਆਨ ਆ ਗਿਆ ਵੀ ਹੋਣੀ ਚਾਹੀਦੀ ਆ ਜੀ ਤੇ ਬਾਕੀ ਸਾਰਿਆਂ ਦਾ